ਸਾਰੇ ਬੰਦੇ ਮੈਨੂੰ ਇਹ ਪੁੱਛਦੇ ਨੇ ਵੀ ਭਾਈ ਤੈਨੂੰ ਟਾਈਮ ਕਿਵੇਂ ਲੱਗਦਾ ਤੈਨੂੰ ਤੂੰ ਆ ਵੀ ਕਰੀ ਜਾਣਾ ਇਹ ਵੀ ਕਰੀ ਜਾਣਾ ਤੂੰ ਰਿਕਾਰਡਿੰਗ ਕਰ ਲਈ ਵਿੱਚ ਤੂੰ ਕੋਰਸ ਕਰੀ ਜਾਣਾ ਵਿੱਚ ਹੁਣ ਤੂੰ ਕੈਨੇਡਾ ਜਾਏਗਾ ਬੜਾ ਹੀ ਕੁਝ ਕਰੀ ਜਾਣਾ ਪਰ ਤੈਨੂੰ ਟਾਈਮ ਕਿਵੇਂ ਲੱਗਦਾ ਮੈਂ ਅੱਜ ਤੁਹਾਨੂੰ ਦੱਸਦਾ ਵੀ ਮੈਂ ਅਪਦਾ ਟਾਈਮ ਕਿਵੇਂ ਮੈਨੇਜ ਕਰਦਾ ਕਿਵੇਂ ਮੈਂ ਸਾਰਾ ਕੁਝ ਕਰੀ ਜਾਣਾ ਮੇਰੀ ਫੁੱਲ ਟਾਈਮ ਜੌਬ ਵੀ ਆ ਉਹਦੇ ਨਾਲ ਨਾਲ ਮੈਂ YouTube ਵੀ ਕਰ ਰਿਹਾ ਹਾਂ ਉਹਦੇ ਨਾਲ ਨਾਲ ਮੈਂ Instagram ਵੀ ਕਰ ਰਿਹਾ ਹਾਂ ਉਹਦੇ ਨਾਲ ਨਾਲ ਮੈਂ ਆਨਲਾਈਨ ਕੋਰਸ ਵੀ ਪੜਾ ਰਿਹਾ ਹਾਂ ਕਿੰਨਾ ਕਾਉਂਸਲਿੰਗ ਵੀ ਕਰਦਾ 1 ਟੂ 1 ਕੋਚਿੰਗ ਅਸਲ ਦੇ ਵਿੱਚ ਪੰਜਾਬੀ ਵਾਲਾ ਕਾਉਂਸਲਿੰਗ ਕ ਵੀ ਸਾਰਾ ਕੁਝ ਮੈਂ ਕਰੀ ਜਾਂਦਾ ਮੈਂ ਇਹ ਕਰਦਾ ਕਿਵੇਂ ਆ ਇਹ ਚੀਜ਼ ਜਿਹੜੀ ਇਹ ਅੱਜ ਮੈਂ ਤੁਹਾਡੇ ਨਾਲ ਦੱਸਦਾ ਤੁਹਾਡੇ ਨਾਲ ਸ਼ੇਅਰ ਕਰਦਾ ਵੀ ਹੁੰਦਾ ਕਿਵੇਂ ਆ ਇੰਨਾ ਕੰਮ ਤੁਸੀਂ ਕਿਵੇਂ ਕਰ ਸਕਦੇ ਹੋ ਸਾਰਾ ਕੁਝ ਮੈਨੇਜ ਤਾਂ ਸ਼ੁਰੂ ਕਰਦੇ ਆਪਾਂ ਅੱਜ ਦਾ ਐਪੀਸੋਡ ਸਭ ਤੋਂ ਪਹਿਲੀ ਚੀਜ਼ ਜਿਹੜੀ ਮੈਂ ਕਰਦਾ ਮੈਂ ਜਿਹੜੇ ਕੰਮ ਮੇਰੇ ਕਰਨ ਦੇ ਨੇ ਉਹ ਮੈਂ ਆਪ ਕਰਦਾ ਜਿਹੜੇ ਕੰਮ ਮੈਨੂੰ ਪਤਾ ਵੀ ਮੇਰੇ ਤੋਂ ਵਧੀਆ ਕੋਈ ਹੋਰ ਕਰ ਸਕਦਾ ਪੇਡ ਜਾਂ ਫਰੀ ਉਹ ਮੈਂ ਉਹਨਾਂ ਨੂੰ ਦੇ ਦਿੰਦਾ ਜਿਹੜੀ ਐਡੀਟਿੰਗ ਜਿਹੜੀ ਬਾਈ ਕਰ ਦੂਗਾ ਮੈਂ ਕਰ ਹੀ ਨਹੀਂ ਸਕਦਾ ਤਾਂ ਉਹ ਨਹੀਂ ਕਰਨੀ ਆ ਉਹ ਠੀਕ ਆ ਉਹਦੇ ਨਾਲ ਹੋ ਕੀ ਰਿਹਾ ਮੇਰੇ ਕੋਲ ਟਾਈਮ ਬੱਧ ਰਿਹਾ ਐਂ ਜਿਵੇਂ ਘਰੇ ਕੰਮ ਹੁੰਦੇ ਨੇ ਹੁਣ ਜਿਹੜੇ ਕੰਮ ਜਵਾਕ ਕਰ ਸਕਦੇ ਨੇ ਮਨੇ ਮੈਂ ਕੋਈ ਚੀਜ਼ ਜਿਹੜੀ ਮੇਰਾ ਜਵਾਕ ਕਰ ਸਕਣ ਮੋਂ ਤੋਂ ਕਰਾ ਲੈਣਾ ਐਂ ਜਿਹੜੀ ਮੇਰੀ ਜੌਬ ਹੈ ਜੌਬ ਤੇ ਮੇਰੇ ਕੰਮ ਜਿਹੜੀਆਂ ਮੇਰੀਆਂ ਰਿਸਪੌਂਸਿਬਿਲਟੀਜ਼ ਨੇ ਉਹ ਮੈਂ ਕਰਦਾ ਪਰ ਜਿਹੜੀ ਚੀਜ਼ ਮੈਨੂੰ ਪਤਾ ਵੀ ਇਹ ਮੇਰੇ ਥਾਂ ਮੈਂ ਕੋਈ ਹੋਰ ਕਰ ਸਕਦਾ ਮੈਂ ਉਹ ਤੋਂ ਕਰਾਉਣਾ ਆਪਣਾ ਪਤਾ ਚੱਕਰ ਕੀ ਪੈਂਦਾ ਸਮਝਣ ਨੂੰ ਕੰਮ ਨੂੰ ਨਾ ਆਉਂਦਾ ਲੈਂਦਾ ਆਪਾਂ ਨੂੰ ਵੱਧ ਆਉਂਦਾ ਕਈ ਵਾਰੀ ਆਪਣਾ ਯਾਰ ਮੈਂ ਪਰ ਜਿੰਨੇ ਚਿਰ ਤੁਸੀਂ ਉਹਨਾਂ ਸਿਖਾਉਂਗੇ ਨਹੀਂ ਉਹਨਾਂ ਚਿਰ ਉਹ ਕਰ ਨਹੀਂ ਸਕਦਾ ਜੇ ਤੁਸੀਂ ਇੱਕ ਵਾਰੀ ਬੰਦੇ ਨੂੰ ਸਿਖਾਤਾ ਤੇ ਬੰਦੇ 'ਚ ਕੈਲੀਬਰ ਹੈਗਾ ਅਗਲੀ ਵਾਰੀ ਤੁਹਾਨੂੰ ਕਰਨ ਦੀ ਲੋੜ ਨਹੀਂ ਹੈਗੀ ਫਿਰ ਤਾਂ ਟਾਸਕ ਡੈਲੀਗੇਟ ਕਰਨ ਕਰਕੇ ਮੇਰਾ ਕੰਮ ਬਹੁਤ ਸੌਖਾ ਹੈ ਤੁਸੀਂ ਵੀ ਟਾਸਕ ਡੈਲੀਗੇਟ ਕਰਨ ਦੀ ਦੇਖੋ ਵੀ ਤੁਸੀਂ ਕਿਹੜਾ ਕੰਮ ਕਿਦੋਂ ਕਰ ਦੇ ਸਕਦੇ ਹੋ ਤੇ ਕਿਹੜਾ ਕੰਮ ਤੁਸੀਂ ਆਪ ਕਰਨਾ ਅਗਲੀ ਚੀਜ਼ ਕੀ ਹੈ ਪ੍ਰਾਇੋਰਟੀ ਜਿਹੜੀ ਹੁੰਦੀ ਹੈ ਪ੍ਰਾਇੋਰਟਾਈਜ਼ ਕਰਨਾ ਆਪਣੇ ਕੰਮ ਨੂੰ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਆਪਾਂ ਨੂੰ ਇਹ ਨਹੀਂ ਪਤਾ ਦਿੰਦਾ ਵੀ ਪਹਿਲਾਂ ਕੰਮ ਕਿਹੜਾ ਕਰਨਾ ਹੈ ਬਾਅਦ 'ਚ ਕਿਹੜਾ ਕਰਨਾ ਹੈ ਪਰ ਸੋ ਨੂੰ ਕਿਹੜਾ ਕਰਨਾ ਹੈ ਮਹੀਨੇ ਨੂੰ ਕਿਹੜਾ ਕਰਨਾ ਆਪਾਂ ਜ ਹੁਣ ਮੈਨੂੰ ਇਹ ਪਤਾ ਹੁੰਦਾ ਵੀ ਮੈਂ ਜਿਹੜਾ ਮੇਰਾ ਹਸਪੀਟਲ ਦਾ ਕੰਮ ਆ ਉਹਦੇ ਵਿੱਚ ਮੇਰੀਆਂ ਪ੍ਰਾਇਰਟੀਜ਼ ਕੀ ਨੇ ਉੱਥੇ ਜੇ ਹਜ਼ਾਰ ਚੀਜ਼ ਪਈ ਹੈ ਮੈਨੂੰ ਪਤਾ ਵੀ ਜਿਹੜੀਆਂ ਤਿੰਨ ਚਾਰ ਚੀਜ਼ਾਂ ਇੰਪੋਰਟੈਂਟ ਨੇ ਜਿਹੜੀਆਂ ਅੱਜ ਵੀ ਬਹੁਤ ਵਾਜਨ ਉਹਨਾਂ ਦਾ ਛੇ ਮਹੀਨੇ ਬਾਅਦ ਵੀ ਉਹ ਗੱਲ ਬਹੁਤ ਵੱਡੀ ਹੋਣੀ ਫਿਰ ਮੇਰਾ ਉਹਨਾਂ ਤੇ ਧਿਆਨ ਪਹਿਲਾਂ ਜਾਊਗਾ ਤੇ ਐਂ ਮੇਰੀ YouTube ਦੀ ਵੀਡੀਓ ਐਂ ਮੇਰੀ 1 ਟੂ 1 ਸਾਰਾ ਕੁਝ ਹੈ ਨਾ ਤਾਂ ਪ੍ਰਾਇਰਟਾਈਜ਼ ਕਰੋ ਆਪਣੇ ਕੰਮ ਨੂੰ ਜਦੋਂ ਤੁਸੀਂ ਪ੍ਰਾਇਰਟੀ ਕਰਦੇ ਮੈਂ ਤੁਹਾਨੂੰ ਦੱਸਦਾ ਮੇਰੀਆਂ ਪ੍ਰਾਇਰਟੀਜ਼ ਕਿਵੇਂ ਬਣਦੀਆਂ ਨੇਗੇ ਵੀਕ ਦੇ ਵਿੱਚ ਮੇਰਾ ਕੰਮ ਹੁੰਦਾ ਵੀ ਮੈਂ ਆਪਣੇ ਕੰਮ ਤੇ ਫੋਕਸ ਕਰਨਾ ਜਦੋਂ ਮੈਂ ਕੰਮ ਤੇ ਆਂ ਜਦੋਂ ਮੈਂ ਹਸਪੀਟਲ ਜਾਂ ਤਾਂ ਉਸ ਟਾਈਮ ਮੈਂ ਪੂਰਾ ਉੱਥੇ ਹੀ ਆ ਫਿਰ ਜਦੋਂ ਮੈਂ ਸ਼ਾਮ ਨੂੰ ਆ ਕੇ ਕੰਮ ਕਰ ਰਿਹਾ ਹਾਂ ਜਦੋਂ ਮੈਂ ਗੱਡੀ 'ਚ ਆਂ 5 ਤੋਂ 6 ਵਜੇ ਤੱਕ ਸ਼ਾਮ ਨੂੰ ਉਹਦੇ ਵਿੱਚ ਵਿੱਚ ਮੈਂ ਫ੍ਰੀ ਕਾਲਾਂ ਕਰਦਾ ਹੁਣ ਕਿੰਨੇ ਲੋਕ ਮੈਨੂੰ ਫੋਨ ਕਰਾ ਕੇ ਕਹਿੰਦੇ ਬਾਈ ਜੇ ਗੱਡੀ 'ਚ ਬਾਅਦ 'ਚੋ ਕਰ ਲਾਂਗੇ ਗੱਡੀ 'ਚ ਤਾਂ ਬਲੂਟੂਥ ਲੱਗਿਆ ਹੈ ਗੱਡੀ ਚਲਾ ਹੀ ਰਿਹਾ ਨਾ ਘੰਟਾ ਉਹ ਘੰਟੇ ਚਾਰ ਬੰਦੇ ਨਾਲ ਪੰਜ ਨਾਲ ਮੇਰੀ ਗੱਲ ਹੋ ਜਾਂਦੀ ਹੈ ਇਸ ਤਰੀਕੇ ਨਾਲ ਤੁਸੀਂ ਇਹ ਚੀਜ਼ਾਂ ਪ੍ਰਾਇੋਰਟੀਜ਼ ਰੱਖਣੀਆਂ ਵੀ ਕਿਹੜੀ ਚੀਜ਼ ਕਿੰਨੇ ਵਜ ਅਗਲੀ ਚੀਜ਼ ਜਿਹੜੀ ਮੈਂ ਕਰਦਾ ਸਕੈਡਿਊਲ ਬਣਾ ਕੇ ਰੱਖੋ ਸਕੈਡਿਊਲ ਤੁਸੀਂ ਲਿਖ ਕੇ ਬਣਾ ਸਕਦੇ ਹੋ ਆਨਲਾਈਨ ਬਹੁਤ ਸਾਰੇ ਟੂਲ ਨੇ ਹੈਨਾ ਪਰ ਕੱਲੇ ਦਿਮਾਗ ਦਾ ਸਕੈਡਿਊਲ ਨਹੀਂ ਚੱਲਦਾ ਡੈਰੀ ਤੁਹਾਡੀ ਹੋਣੀ ਚਾਹੀਦੀ ਹੈ ਚਾਹੇ ਉਹ ਪੇਪਰ ਡੈਰੀ ਹੋਵੇ ਚਾਹੇ ਉਹ ਤੁਹਾਡੀ ਗੋਲ ਵਾਲਾ ਕੈਲੰਡਰ ਹੋਵੇ ਚਾਹੇ ਉਹ ਤੁਹਾਡੇ ਫੋਨ 'ਚ ਕੈਲੰਡਰ ਹੋਵੇ ਆਪਣਾ ਜੋ ਮਰਜ਼ੀ ਹੋਵੇ ਤੁਹਾਡਾ ਕੈਲੰਡਰ ਬਣਿਆ ਹੋਣਾ ਚਾਹੀਦਾ ਉਹ ਕੈਲੰਡਰ ਦੇ ਵਿੱਚ ਜ਼ਰੂਰੀ ਚੀਜ਼ਾਂ ਪਈਆਂ ਹੋਣੀਆਂ ਚਾਹੀਦੀਆਂ ਜਦੋਂ ਰਿਮਾਈਂਡਰ ਵੱਜੂਗਾ ਨਾ ਵੀ ਟੰਟਣਾ ਕਰ ਪਈ ਹੋਵੇ ਤੇ ਤੁਸੀਂ ਕਰੋਗੇ ਨਹੀਂ ਉਹ ਚੀਜ਼ਾਂ ਲੰਘੀਆਂ ਜਾਂਦੀਆਂ ਲੰਘੀਆਂ ਜਾਂਦੀਆਂ ਲੰਘੀਆਂ ਜਾਂਦੀਆਂ ਜਿਹੜਾ ਨਾਲ ਪ੍ਰੋਡਕਟਿਵਿਟੀ ਵਧਦੀ ਆ ਤੇ ਟਾਈਮ ਮੈਨੇਜਮੈਂਟ ਬੈਟਰ ਹੁੰਦੀ ਆ ਉਹ ਹੈਗਾ ਵੀ ਡੈਡਲਾਈਨ ਜਿਹੜੀ ਹਰ ਚੀਜ਼ ਦੀ ਨਾ ਉਹ ਸੈੱਟ ਕਰੋ ਡੈਡਲਾਈਨ ਦਾ ਬਸ ਇਹਨੂੰ ਕਹਿ ਸਕਦੇ ਵੀ ਡੈਡ ਨੂੰ ਕੋੜਾ ਬੰਦਾ ਮਰ ਜੂਗਾ ਜੇ ਉਹ ਕੰਮ ਨਾ ਹੋਇਆ ਉਹਦੇ ਪਰ ਇੱਕ ਟਾਈਮ ਲਿਮਿਟ ਰੱਖੋ ਵੀ ਆ ਫਲਾਣੇ ਦਿਨ ਤੱਕ ਆ ਚੀਜ਼ ਆਪਾਂ ਅਚੀਵ ਕਰਨੀ ਹੈ ਜਦੋਂ ਤੁਸੀਂ ਉਹੇ ਰੱਖ ਲੈਨੇ ਹੋ ਤਾਂ ਜਿਵੇਂ ਜਿਵੇਂ ਟਾਈਮ ਲਿਮਿਟ ਜਾਂ ਡੈਡਲਾਈਨ ਨੂੰ ਕੋਲ ਨੇੜੇ ਆਉਂਦੀ ਆ ਤੁਹਾਡੀ એનર્ਜੀ ਵਧਦੀ ਆ ਕੰਮ ਕਰਨ ਦੀ ਜੇ ਆਪਾਂ ਇਹ ਰੱਖਿਆ ਹੀ ਨਹੀਂ ਟਾਈਮ ਹੀ ਰੱਖਣਾ ਕਿ ਜਿਹੜਾ ਵੀ ਹੋ ਜਾਊਗਾ ਕਰ ਲਾਂਗੇ ਹੋਰ ਹੈ ਫਿਰ ਹੁੰਦੀ ਆ ਸਰਕਾਰੀ ਦਫ਼ਤਰਾਂ ਦਾੇ ਕੰਮ ਹੁੰਦਾ ਐ ਡੀ ਐਚ ਵੀ ਆ ਜਿਓ ਦੇਖ ਲਾਂਗੇ ਹੋ ਜਾਊਗਾ ਤਾਂ ਹੀ ਤਾਂ ਹੁੰਦਾ ਨਹੀਂ ਜਿਓ ਕਹਿੰਦੇ ਵੀ ਐਨੀ ਤਰੀਕ ਨੂੰ ਐਨੇ ਵਜੇ ਪਹੁੰਚ ਜਾਓ ਆ ਚੀਜ਼ ਡਨ ਹੋਊਗੀ ਫਿਰ ਕਹਾਣੀ ਹੋਰ ਹੋਵੇ ਤਾਂ ਕਿੰਨੀ ਤਰੀਕ ਨੂੰ ਕਿੰਨੇ ਵਜੇ ਕਿੰਨਾ ਕੰਮ ਖਤਮ ਕਰ ਲਵਾਂਗੇ ਇਹ ਡੈਡ ਲਾਈਨ ਤੁਹਾਡੀ ਹੋਣੀ ਬਹੁਤ ਜ਼ਰੂਰੀ ਆ ਤੁਹਾਡੀ ਟਾਈਮ ਮੈਨੇਜਮੈਂਟ ਤੁਹਾਡੀ ਪ੍ਰਾਇੋਰਟੀਜ਼ੇਸ਼ਨ ਬਹੁਤ ਜ਼ਿਆਦਾ ਬੈਟਰ ਹੋ ਜਾਊਗੀ ਇਹਨਾਂ ਅਗਲੀ ਚੀਜ਼ ਜਿਹੜੀ ਮੈਂ ਕਰਦਾਗਾ ਉਹ ਹੈ ਵੀ ਮੈਂ ਨਾ ਦਲੇਦਰ ਨਹੀਂ ਬਣਾ ਦਲੇਦਰ ਨਾਂ ਪਾਉਣ ਦਾ ਸਿਸਟਮ ਕਿਵੇਂ ਆ ਮੈਂ ਆਪਦੇ ਆਪ ਨੂੰ ਆਪ ਹੀ ਆਪਦੇ ਆਪ ਨਾਲ ਗੱਲ ਕਰਦਾ ਵੀ ਉੱਠ ਸ਼ਰਾ ਖੇਚਦੇ ਕੰਮ ਨੂੰ ਜਦੋਂ ਮੇਰੇ ਦਿਮਾਗ ਨਾਲ ਵੀ ਕਰ ਲਾਂਗੇ ਯਾਰ ਦੇਖਦੇ ਆ ਯਾਰ ਅੱਜ ਕੱਲ ਨੂੰ ਕਰ ਲਾਂਗੇ ਮੈਨੂੰ ਤਾਂ ਵੀ ਕੱਲ ਨੂੰ ਆਰਾਮ ਕਰ ਲਾਂਗੇ ਹੁਣ ਹੀ ਮੋਗਾ ਦੋ ਨਾ ਕੱਲ ਨੂੰ ਆਰਾਮ ਕਰ ਲਾਂਗੇ ਹੁਣ ਆਰਾਮ ਤਾਂ ਹੋ ਹੀ ਰਿਹਾ ਜਦੋਂ ਕੰਮ ਪਿਆ ਸਰ ਤੇ ਇਹਦੇ ਵਿੱਚ ਹੁੰਦਾ ਜਿਹੜੀ ਚੀਜ਼ ਤੁਸੀਂ 5 ਮਿੰਟਸ ਵਿੱਚ ਮੋਗਾ ਸਕਦੇ ਹੋ ਜਾਂ ਜਿਹੜੀ 5 ਕਲਿੱਕ ਦੇ ਵਿੱਚ ਬਚਣ ਕੰਪਿਊਟਰ ਤੇ ਮੁੱਕ ਜਾਊਗੀ ਉਹਨੂੰ ਤਾਂ ਕੱਲ ਤੇ ਛੱਡੋ ਹੀ ਨਾ ਨਾ ਉਹ ਤਾਂ ਨਿਮੇੜ ਦੋ ਕਿਉਂਕਿ ਉਹ ਛੋਟੇ ਛੋਟੇ ਚੀਜ਼ ਇਕੱਠੀ ਹੋ ਰਹੀ ਹੈ ਤੇ ਉਹ ਦਿਮਾਗ 'ਚ ਭਰ ਰਹੀ ਹੈ ਜ ਜਿਹੜਾ ਉਹਨੇ ਕਰ ਕਰ ਨੱਕੀ ਕਰੀ ਜਾਵਾਂਗੇ ਫਿਰ ਕੰਮ ਸੈਟ ਆ ਤਾਂ ਉਹ ਬਹੁਤ ਜ਼ਰੂਰੀ ਹੈ ਵੀ ਛੋਟੇ ਕੰਮ ਨੇ ਜਿਹੜੇ 2 ਮਿੰਟ 2 ਮਿੰਟ ਵਾਲੇ ਕੰਮ ਉਹਨਾਂ ਨਾਲ ਦੀ ਨਾਲ ਚੱਕ ਦੋ ਤੇ ਉਹਦੇ ਨਾਲ ਤੁਸੀਂ ਦੇਖੋ ਕਿੰਨਾ ਫਰਕ ਪੈਂਦਾ ਤੇ ਪ੍ਰੋਕ੍ਰੈਸਟੀਨੇਸ਼ਨ ਤੇ ਵੀ ਮੇਰੀ ਵੀਡੀਓ ਬਣੀ ਹੈ ਤੁਸੀਂ ਉਹ ਜਾ ਕੇ ਦੇਖ ਸਕਦੇ ਹੋ ਵੀ ਤੁਹਾਨੂੰ ਉਹ ਫੀਲਿੰਗ ਵੀ ਆ ਰਹੀ ਹੈ ਤੁਹਾਨੂੰ ਕਿਵੇਂ ਦੂਰ ਕਰਨਾ ਟਾਲ ਮਟੋਲ ਕਰਨ ਦੀ ਆਦਤ ਜੇ ਤੁਹਾਨੂੰ ਪਈ ਹੋਈ ਆ ਪਰ ਜੇ ਤੁਸੀਂ ਉਹ ਕਰਨੋਂ ਛੱਡ ਦੋ ਤੁਸੀਂ ਮਿੰਟ ਉਸ ਕੰਟੀ ਕੰਮ ਖਤਮ ਹੋ ਜਾਦਾ ਬਹੁਤ ਲੋਕ ਕਹਿੰਦੇ ਬਈ ਟੀਵੀ ਬਹੁਤ ਦੇਖਦਾ ਵਾ ਦੇਖ ਲਓ ਟੀਵੀ ਨਾਲ ਹੀ ਮੈਟ ਬਿਚਾ ਲਓ ਉੱਥੇ ਨਾਲ ਨਾਲ ਸਟ੍ਰੈਚਾਂ ਕਰ ਲਓ ਰੰਗ ਰੂਮ ਦੇ ਵਿੱਚ ਟੀਵੀ ਦੇਖਦੇ ਦੇਖਦੇ 100 ਬਾਟਕਾ ਮਾਰ ਲਓ ਸੌ ਕੰਰਾਂਚ ਲਾ ਲਓ ਸੌ ਡਾਂਡ ਲਾ ਲਓ ਜੋ ਵੀ ਕਰ ਲਓ ਤਾਂ ਸੌ ਤਾਂ ਕਰੰਡਮ ਨੰਬਰ ਕਰਦਾ ਮੈਂ ਤਾਂ ਉਹ ਵੀ ਹੋ ਜਾਊ ਉਹ ਵੀ ਹੋ ਜਾਊ ਸਾਈਕਲ ਲੈ ਕੇ ਰੱਖ ਲਓ ਜਿਹੜਾ ਹੁੰਦਾ ਉੱਥੇ ਘੁੰਮਣ ਵਾਲਾ ਕੁਝ ਵੀ ਕਰ ਸਕਦੇ ਹੋ ਤਾਂ ਪ੍ਰੋਕ੍ਰੈਸਟੀਨੇਸ਼ਨ ਆ ਦੂਰ ਹੋ ਸਕਦੀ ਹੈ ਸਭ ਤੋਂ ਵੱਡੀ ਚੀਜ਼ ਪਤਾ ਟਾਈਮ ਮੈਨੇਜਮੈਂਟ ਦੇ ਵਿੱਚ ਕੀ ਹੈ ਸਟ੍ਰੈਸ ਲੋਡ ਆਪਣੇ ਤੇ ਲੋਡ ਹੀ ਇੰਨਾ ਪਿਆ ਹੁੰਦਾ ਤਾਂ ਆਪਾਂ ਹੋਰ ਕੁਝ ਕਰ ਨਹੀਂ ਸਕਦਾ ਪਰ ਉਸੇ ਚ ਹੀ ਲੈਣੇ ਆ ਤਾਂ ਸਟ੍ਰੈਸ ਮੈਨੇਜਮੈਂਟ ਜੇ ਤੁਹਾਡੀ ਨਹੀਂ ਹੋ ਰਹੀ ਤਾਂ ਤੁਹਾਡੀ ਟਾਈਮ ਮੈਨੇਜਮੈਂਟ ਤੁਹਾਡੀ ਪ੍ਰੋਡਕਟਿਵਿਟੀ ਇਹ ਚੀਜ਼ ਤੁਹਾਡੀ ਹੋਣੀ ਹੀ ਨਹੀਂ ਤਾਂ ਜੇ ਸਟ੍ਰੈਸ ਵਾਲਾ ਮਸਲਾ ਤਾਂ ਪਹਿਲਾਂ ਸਟ੍ਰੈਸ ਵਾਲੀ ਵੀਡੀਓ ਜਾ ਕੇ ਦੇਖੋ ਦੋ ਚਾਰ ਵੀਡੀਓ ਪਈਆਂ ਹੋਣੀਆਂ ਘੱਟੋ ਘੱਟ YouTube ਤੇ ਮੇਰੇ ਚੈਨਲ ਤੇ ਤੇ Facebook ਤੇ ਉੱਥੋਂ ਜਾ ਕੇ ਦੇਖੋ ਤੁਹਾਨੂੰ ਸਮਝ ਆਊਗਾ ਵੀ ਅਸਲ 'ਚ ਮੇਰੀ ਦਿੱਕਤ ਹੈ ਕੀ ਐ ਮੈਂ ਕਰਨਾ ਕੀ ਐ ਤਾਂ ਉਹਦੇ ਨਾਲ ਦੇਖੋ ਤੁਸੀਂ ਕਾਫੀ ਜ਼ਿਆਦਾ ਚੇਂਜ ਤੁਹਾਨੂੰ ਅਭਿਆਸ 'ਚ ਮਹਿਸੂਸ ਹੋਊਗਾ ਮਲਟੀਟਾਸਕਿੰਗ ਆ ਜਿਹੜੀ ਉਹਦਾ ਕੋਈ ਫਾਇਦਾ ਨਹੀਂ ਵੀ ਆਹ ਵੀ ਕਰ ਰਹੇ ਆ ਆਹ ਵੀ ਕਰ ਰਹੇ ਆ ਉਹ ਵੀ ਕਰ ਰਹੇ ਆ ਸਾਰੇ ਪਾਸੇ ਹਰੇਕ ਚੀਜ਼ ਨਾਲ ਤੁਸੀਂ ਮੱਥਾ ਲਾ ਰੱਖਿਆ ਹੁੰਦੀ ਇੱਕ ਵੀ ਨਹੀਂ ਇੱਕ ਟਾਈਮ ਤੇ ਇੱਕ ਥਾਂ ਤੇ ਧਿਆਨ ਹੁਣ ਜਦੋਂ ਮੈਂ ਉਹੀ ਜਿਵੇਂ ਦੱਸ ਰਿਹਾ ਸੀ ਜਦੋਂ ਮੈਂ ਕੰਮ ਤੇ ਆਇਆ ਫਿਰ ਮੈਂ ਕੰਮ ਰਿਹਾ ਜਦੋਂ ਮੈਂ ਜਵਾਕਾਂ ਨਾਲ ਉਦੋਂ ਮੈਂ ਜਵਾਕਾਂ ਨਾਲ ਜਦੋਂ ਮੈਂ ਵੀਡੀਓ ਬਣਾ ਰਿਹਾ ਹਾਂ ਤਾਂ ਮੈਂ ਵੀਡੀਓ ਬਣਾ ਰਿਹਾ ਹਾਂ ਜਦੋਂ ਮੈਂ ਸਕ੍ਰਿਪਟ ਲਿਖ ਰਿਹਾ ਹਾਂ ਤਾਂ ਮੈਂ ਸਕ੍ਰਿਪਟ ਲਿਖ ਰਿਹਾ ਜਦੋਂ ਮੈਂ ਕੋਰਸਾਂ ਨਾਲ ਪੜਾ ਰਿਹਾ ਹਾਂ ਤਾਂ ਮੈਂ ਕੋਰਸਾਂ ਨਾਲ ਪੜਾ ਰਿਹਾ ਜਦੋਂ ਐਸ ਤਰੀਕੇ ਨਾਲ ਚੱਲੋਗੇ ਕੰਮ ਵੀ ਮੁਕਣਗੇ ਕੰਮ ਅਚਾਨਤ ਵੀ ਆਊਗਾ ਤੇ ਸਾਹਮਣੇ ਵਾਲਾ ਵੀ ਹੋਊਗਾ ਵੀ ਹਾਂ ਬੰਦਾ ਦਿਨ ਲਾ ਕੇ ਕੰਮ ਕਰਦਾ ਤੇ ਉਹਦੇ ਨਾਲ ਪੋਜ਼ਿਟਿਵਿਟੀ ਵੀ ਮਿਲੂਗੀ ਤੇ ਪੋਜ਼ਿਟਿਵਿਟੀ ਨਾਲ ਪ੍ਰੋਡਕਟਿਵਿਟੀ ਤੇ ਟਾਈਮ ਮੈਨੇਜਮੈਂਟ ਹੋਰ ਬੈਟਰ ਆਪਣੇ ਆਪ ਹੀ ਹੁੰਦੀ ਹੈ ਸਰ ਸਵੇਰੇ ਤੁਸੀਂ ਜੇ ਟਾਈਮ ਨਾਲ ਸ਼ੁਰੂ ਹੀ ਨਹੀਂ ਕੀਤਾ ਤੁਸੀਂ 11 ਵਜੇ ਤੱਕ ਪੈਰੀਕ ਸਾਈ ਜਾਨੇ ਹੋ ਜਿਹੜੇ ਲੋ ਇਹ ਬਹੁਤ ਜ਼ਰੂਰੀ ਹੈਗਾ ਵੀ ਆਪਾਂ ਟਾਈਮ ਨਾਲ ਉੱਠੀਏ ਟਾਈਮ ਨਾਲ ਕੰਮ ਸ਼ੁਰੂ ਕਰੀਏ ਤਾਂ ਹੀ ਕੰਮ ਟਾਈਮ ਨਾਲ ਮੁੱਕਣਗੇ ਤਾਂ ਸਵੇਰੇ ਟਾਈਮ ਨਾਲ ਉੱਠਣਾ ਹਮੇਸ਼ਾ ਹੀ ਸਵੇਰੇ ਟਾਈਮ ਨਾਲ ਉੱਠਣਾ ਤੇ ਟਾਈਮ ਨਾਲ ਆਪਦੇ ਕੰਮ ਸ਼ੁਰੂ ਕਰਦੇ ਨੇ ਕਈ ਲੋਕ ਉੱਠਦਾ ਹੈ ਨਾ ਤੜਕੀ ਫਿਰ 11 ਵਜੇ ਦਾ ਕੰਮ ਹੋ ਜਾ ਸ਼ੁਰੂ ਨਹੀਂ ਕਰਦੇ ਉਹ ਵੀ ਨਹੀਂ ਕਰਨਾ ਤੜਕੇ ਉੱਠਣ ਸਰ ਕੰਮ ਖਿੱਚ ਲੋ ਜਨ ਦੋ ਚਾਰ ਸਭ ਤੋਂ ਵੱਡੇ ਕੰਮ ਨੇ ਤੜਕੀ ਚ ਚੋਪੜ ਦੋਨੋਂ ਫਿਰ ਦੇਖੋ ਗੱਲ ਕਿੱਥੇ ਜਾਂਦੀ ਹੈ ਨਾ ਕਹਿਣਾ ਸਿੱਖੋ ਇਹ ਅਕਸਰ ਇਹ ਬਾਈ ਜੀ ਮੈਨੂੰ ਤਾਂ ਨਾ ਨਹੀਂ ਹੁੰਦੀ ਜਦੋਂ ਤੁਸੀਂ ਕਿਸੇ ਨੂੰ ਨਾ ਨਹੀਂ ਕਰ ਰਹੇ ਤੁਸੀਂ ਆਪਣੇ ਟਾਈਮ ਨੂੰ ਆਪਣੇ ਗੋਲਸ ਨੂੰ ਆਪਣੀ ਸਕਸੈਸ ਨੂੰ ਆਪਣੇ ਫਿਊਚਰ ਨੂੰ ਨਾ ਕਰ ਰਹੇ ਪਰ ਕਿਸੇ ਹੋਰ ਦੇ ਨਾਲ ਸਕੂਟਰ ਤੇ ਚੜ ਕੇ ਮੋਟਰਸਾਈਕਲ ਤੇ ਘੜੀ ਚੜ ਕੇ ਕਿਸੇ ਸ਼ਹਿਰ ਜਾਣ ਨੂੰ ਹਾਂ ਕਰ ਰਹੇ ਹੋ ਜਿੱਥੇ ਤੁਹਾਨੂੰ ਨਾ ਕਰਨੀ ਪਣੀ ਹੈ ਉੱਥੇ ਨਾ ਕਰੋ ਜਿਹੜਾ ਸਹੀ ਨਾ ਕਰੀ ਤੇ ਰਸਦਨ ਉਹ ਤੁਹਾਡਾ ਅਸਲੀ ਦੋਸਤ ਹੋਈ ਨਹੀਂ ਸਕਦਾ ਤਾਂ ਇਹ ਬਹੁਤ ਜ਼ਰੂਰੀ ਹੈ ਵੀ ਜਿਸ ਨੂੰ ਲੱਗਦਾ ਵੀ ਇੱਥੇ ਨਾ ਕਰਨੀ ਚਾਹੀਦੀ ਹੈ ਤਾਂ ਜਮਾ ਜਾਇਜ਼ ਹੈ ਮੇਰੀ ਨਾਲ ਇੱਥੇ ਉੱਚ ਕਰ ਦਿਓ ਕਿਉਂਕਿ ਨਹੀਂ ਤੁਸੀਂ ਆਪਣੇ ਅਰਮਾਨਾਂ ਨੂੰ ਆਪਣੀਆਂ ਤਰੱਕੀਆਂ ਨੂੰ ਆਪਣੇ ਫਿਊਚਰ ਨੂੰ ਨਾ ਕਰ ਰਹੇ ਕਈ ਬੰਦੇ ਓਵਰਵਰਕ ਕਰ ਜਾਂਦੇ ਨੇ ਵੀ ਕੰਮ ਜਿਹੜੇ ਬਾਹਰਲੇ ਜਾਦ ਖਾਸ ਕਰ ਵੀ ਇੰਨਾ ਜ਼ਿਆਦਾ ਕੰਮ ਕਰ ਲਿਆ ਵੀ ਰੋਟੀ ਖਾਣ ਦਾ ਵੀ ਟਾਈਮ ਨਹੀਂ ਫਿਰ ਆਥਨੇ ਫਿਰ ਇੱਕ ਸ਼ਿਫਟ ਲਾ ਲਈ ਫਿਰ ਵੀਕਐਂਡ ਤੇ ਫਿਰ ਸ਼ਿਫਟ ਲਾ ਲਈ ਉਹਦੇ ਨਾਲ ਕੀ ਹੁੰਦਾ ਤੁਸੀਂ ਕੰਮ ਤਾਂ ਕਰੀ ਜਾਂਦੇ ਹੋ ਤੁਹਾਡੇ ਉਹ ਕੰਮ ਦੇ ਵਿੱਚ ਆਉਟਪੁੱਟ ਬਹੁਤ ਘਟ ਜਾਂਦੀ ਹੈ ਤਾਂ ਰੈਗੂਲਰ ਬ੍ਰੇਕਸ ਲੈਣੀਆਂ ਰੈਗੂਲਰ ਦਿਨ ਦੇ ਵਿੱਚ ਬ੍ਰੇਕਸ ਲੈਣੀਆਂ ਹਫ਼ਤੇ ਦੇ ਵਿੱਚ ਬ੍ਰੇਕ ਲੈਣੀਆਂ ਤੇ ਫਿਰ ਛੁੱਟੀਆਂ ਲੈਣੀਆਂ ਉਹਦੇ ਨਾਲ ਤੁਹਾਡੀ ਪ੍ਰੋਡਕਟਿਵਿਟੀ ਵਧਦੀ ਹੈ ਕਈ ਵਾਰ ਹੁੰਦਾ ਵੀ ਕਿੰਨੇ ਮਹੀਨੇ ਹੋ ਗਏ ਕੰਮ ਕਰੀ ਇਹਨੇ ਕਰੀ ਇਹਨੇ ਫਿਰ ਨਾ ਹਫ਼ਤਾ ਦਾ ਹਫ਼ਤਾ ਇੰਡੀਆ ਜਾ ਕੇ ਉਹਨਾਂ ਦਨ ਹਫ਼ ਜੋ ਪੈਟਰਨ ਜਿਹੜੇ ਪੁਰਾਣੇ ਬਣ ਗਏ ਨੇ ਸਾਫ਼ ਹੋ ਜਾਣੇ ਨਵੇਂ ਸਿਰੇ ਤੋਂ ਸ਼ੁਰੂ ਕਰ ਲੈਨੇ ਆ ਫਿਰ ਤਾਂ ਬ੍ਰੇਕ ਲੈਣੀ ਬਹੁਤ ਜ਼ਿਆਦਾ ਜ਼ਰੂਰੀ ਆ ਟਾਈਮ ਮੈਨੇਜਮੈਂਟ ਵਾਸਤੇ ਤੇ ਇਹ ਹੁਣ ਜਿਹੜੀ ਤੁਹਾਨੂੰ ਮੈਂ ਗੱਲਾਂ ਦੱਸ ਰੇ ਹਾਂ ਮੈਂ ਆਪ ਕਰਦਾ ਇਹ ਜਿਹੜੀ ਤੁਹਾਨੂੰ ਮੈਂ ਤੁਹਾਨੂੰ ਦੱਸ ਰਿਹਾ ਅੱਜ ਇਹਨਾਂ 'ਚ ਕੋਈ ਇਹ ਨਹੀਂ ਹੈਗਾ ਵੀ ਇਹ ਕੋਈ ਸਿਰਫ ਪੜ੍ਹੀ ਹੋਈ ਗੱਲ ਆ ਇਹ ਮੇਰੇ ਆਪ ਦੇ ਤਜਰਬੇ ਨੇ ਇਹ ਚੀਜ਼ਾਂ ਮੈਂ ਕਰਦਾ ਤੇ ਮੈਨੂੰ ਫਰਕ ਪੈਂਦਾ ਜੇ ਮੈਨੂੰ ਪੈਂਦਾ ਤੁਸੀਂ ਕਰੋਗੇ ਤੁਹਾਨੂੰ ਵੀ ਪਊਗਾ ਇੱਕ ਡਿਸਟਰੈਕਸ਼ਨ ਆ ਬਹੁਤ ਹੁੰਦੀ ਆ ਆਪਾਂ ਨੂੰ ਡਿਸਟਰੈਕਸ਼ਨ ਆ ਬਲੌਕ ਆਊਟ ਕਰਨਾ ਬਹੁਤ ਜ਼ਰੂਰੀ ਨੇ ਤੁਸੀਂ ਇਹ ਦੇਖੋ ਹੁਣ ਵੀ ਤੁਸੀਂ ਬੈਠਿਓ ਕਿ ਸਾਰੇ ਟੱਬਰ ਦੇ ਵਿਚਾਲੇ ਉੱਥੇ ਬੈਠ ਕੇ ਤੁਸੀਂ ਕੰਪਿਊਟਰ ਦੇ ਕੰਮ ਕਰ ਰਹੇ ਹੋ ਤੇ ਧਿਆਨ ਤੁਸੀਂ ਲਾਉਣਾ ਫਿਰ ਉਹਨਾਂ ਤੇ ਜਿਹੜੀ ਜਾਂਦਾ ਵੀ ਤੁਸੀਂ ਪਾਸੇ ਕਿਉਂ ਨਹੀਂ ਹੁੰਦੇ ਤੂੰ ਪਾਸੇ ਹੋਲਾ ਪਾਸੇ ਜਾ ਕੇ ਬਹਿ ਜਾ ਹੈ ਨਾ ਤਾਂ ਜਿਹੜੀਆਂ ਡਿਸਟਰੈਕਸ਼ਨ ਉਹਨਾਂ ਨੇ ਕਿਤੇ ਟੀਵੀ ਦੀ ਆਵਾਜ਼ ਆਇਆ ਤੁਹਾਨੂੰ ਪਤਾ ਕਿਸੇ ਦੋਸਤ ਨੇ ਆ ਲੈਣਾ ਜਾਂ ਤੁਹਾਨੂੰ ਪਤਾ ਵੀ ਤੁਹਾਡੇ WhatsApp ਗਰੁੱਪ ਤੇ ਇਸ ਟਾਈਮ ਟਾਂ 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 ਨਾ ਹੋਣ ਲੱਗੀ ਤੁਹਾਡੇ ਰਿਸ਼ਤੇਦਾਰਾਂ ਵਾਲੇ ਚ ਜਾਂ ਤੁਹਾਡੇ ਯਾਰ ਦੋਸਤਾਂ ਵਾਲੇ ਚ ਬੰਦ ਕਰ ਦਿਓ ਨਾ 5 ਮਿੰਟ ਨੂੰ ਫਿਰ ਬਾਅਦ ਚੋ ਕਰ ਲਿਓ ਕੰਮ ਫੋਨ ਪਾਸੇ ਰੱਖ ਦਿਓ ਪੋਮੋਡੋਰੋ ਟੈਕਨੀਕ ਯੂਜ਼ ਕਰ ਸਕਦੇ ਹੋ ਅਗਲਾ ਪੁਆਇ ਪੋਮੇਡੋਰੋ ਟੈਕਨੀਕ ਸਰਚ ਕਰਿਓ ਆਪਾਂ ਵੀ ਤੇ ਵੀਡੀਓ ਬਣਾਵਾਂਗੇ 25 ਮਿੰਟ ਕੰਮ ਕਰਨਾ 5 ਮਿੰਟ ਦੀ ਬ੍ਰੇਕ ਲੈਣੀ 25 ਮਿੰਟ ਕੰਮ ਕਰਨਾ 5 ਮਿੰਟ ਦੀ ਬ੍ਰੇਕ ਲੈਣੀ ਹੈ ਜੇ 6 ਸੈੱਟ ਲਾਉਣੇ ਤਾਂ 3 ਘੰਟਿਆਂ ਦੇ ਵਿੱਚ ਤੇ ਉਹਦੇ ਵਿੱਚ ਤੁਸੀਂ ਦੇਖਿਓ ਵੀ 5 ਮਿੰਟ ਬ੍ਰੇਕ ਦੇ ਵਿੱਚ ਜੋ ਮਰਜ਼ੀ ਕਰੋ ਜੰਨਾ ਮਰਜ਼ੀ ਫੋਨ ਵਾਰੋ ਫਿਰ 25 ਮਿੰਟ ਜੋ ਕੰਮ ਕਰਨਾ ਫਿਰ ਸਿਰਫ ਕੰਮ ਕਰਨਾ ਇਹਨੂੰ ਜੇ ਚੰਗੀ ਤਰ੍ਹਾਂ ਨਾਲ ਪੜ੍ਹ ਸਕਦੇ ਹੋ ਸੁਣ ਸਕਦੇ ਹੋ ਇਹ ਵਾਰ ਹੈ ਨਾ ਬਹੁਤ ਕੁਝ ਹੈ YouTube ਤੇ ਬਹੁਤ ਕੁਝ ਸਮਝ ਆਉਗਾ ਸੁਣ ਉਹਦੇ ਵਿੱਚੋਂ ਪੋਮੇਡੋਰੋ ਟੈਕਨੀਕ ਕਰੋ ਟਾਈਮ ਮੈਨੇਜਮੈਂਟ ਦੇ ਵਿੱਚ ਦੇਖੋ ਪ੍ਰੋਡਕਟਿਵਿਟੀ ਦੇ ਵਿੱਚ ਆ ਸ ਉਹਨੂੰ ਟਰੈਕ ਕਰਨਾ ਸ਼ੁਰੂ ਕਰੋ ਉਹ ਤੁਹਾਨੂੰ ਐਪਲ ਵਾਲਾ ਫੋਨ ਜਾਂ ਦੇ ਦਿੰਦਾ ਵੀ ਕਿਹੜੀ ਐਪ ਤੇ ਕਿੰਨਾ ਟਾਈਮ ਲਾਇਆ ਉਹਨਾਂ ਤੋਂ ਬਾਕੀ ਚੀਜ਼ਾਂ ਕਿ ਨਜ਼ਰ ਵੜ ਕੇ ਸੋਚਿਆ ਕਿ ਨਜ਼ਰ ਵੜ ਕੇ ਸਿਰਫ ਕੋਰਕਰੇ ਖਾਦੇ ਨੇ ਤੇ ਨਾਲੇ ਟੀਵੀ ਦੇਖਿਆ ਨਾ ਉਹਨੂੰ ਟਰੈਕ ਕਰਨਾ ਸ਼ੁਰੂ ਕਰੋ ਵੀ ਹਫ਼ਤੇ ਦੇ ਵਿੱਚ ਮੇਰੀ ਮੇਰਾ ਟਾਈਮ ਕਿੱਥੇ-ਕਿੱਥੇ ਜਾ ਰਿਹਾ ਕਿਉਂਕਿ ਹੈਗਾ ਤਾਂ ਹਰੇ ਕੋਲੇ 24 ਘੰਟੇ ਨੇ ਜੇ ਜਿੱਦ ਕੋ ਮੇਰੇ ਕੋ ਟਾਈਮ ਹੀ ਹੈ ਨਹੀਂ ਇਹ ਤਾਂ ਝੂਠਾ 24 ਘੰਟੇ ਨੇ ਹਰੇ ਕੋਲੇ ਪਰ ਉਹਨੂੰ ਵਰਤ ਕੇ ਮੇਰੇ ਹਾਂ ਮੇਰਾ ਟਾਈਮ ਸਪੈਂਡ ਕਿੱਥੇ ਆ ਕਿੰਨੇ ਕਦੋਂ ਕਿੱਥੇ ਕੀ ਜੇ ਤੁਸੀਂ ਉਹਨੂੰ ਉਸ ਤਰੀਕੇ ਨਾਲ ਕਰੋਗੇ ਤਾਂ ਤੁਸੀਂ ਦੇਖੋ ਉਹਦੇ ਵਿੱਚ ਵੀ ਤੁ ਤਾਂ ਟਾਈਮ ਮੈਨੇਜਮੈਂਟ ਹੈ ਜਿਹੜੀ ਉਹਦੀ ਆਪ ਨੂੰ ਟਾਈਮ ਸਪੈਂਡ ਉਹਨੂੰ ਟਰੈਕ ਕਰੋ ਟਾਈਮ ਸਪੈਂਡ ਟਰੈਕ ਕਰੋਗੇ ਤਾਂ ਕਾਫੀ ਚੀਜ਼ਾਂ ਤੁਹਾਨੂੰ ਉਹਦੇ ਵਿੱਚੋਂ ਵੀ ਨਿਕਲ ਕੇ ਸਾਹਮਣੇ ਆਉਣਗੀਆਂ ਤੁਹਾਨੂੰ ਕਲੈਰਿਟੀ ਮਿਲੂਗੀ ਇਸ ਤੋਂ ਬਾਅਦ ਅਗਲਾ ਪੁਆਇੰਟ ਹੈਗਾ ਜਿਹੜਾ ਵੀ ਇਹ ਮੈਂ ਪਹਿਲਾਂ ਸੀ ਬੈਚ ਕਰ ਲਊਗਾ ਮਨ ਬੈਚ ਕਰਨ ਦਾ ਮਤਲਬ ਇਹ ਹੈ ਵੀ ਜੇ ਮੈਂ ਹੁਣ ਤੁਸੀਂ ਕੰਪਿਊਟਰ ਤੇ ਕੰਮ ਕਰਨਾ ਨੇ 5-7 ਜਿਹੜੇ ਬਿਨਾਂ ਇੰਟਰਨੈਟ ਤੋਂ ਹੋ ਸਕਦੇ ਨੇ ਉਹ ਸਾਰੇ ਇਕੱਠੇ ਕਰ ਲਓ ਫਿਰ ਜਿਹੜੇ ਈਮੇਲਾਂ ਨੇ ਉਹ ਸਵੇਰੇ ਚੈੱਕ ਕਰ ਲੈਣ ਦੁਪਹਿਰ ਚੈੱਕ ਕਰ ਲੈਣ ਸ਼ਾਮ ਪੱਕਾ ਟਾਈਮ ਰੱਖ ਲਓ ਅਹੀਂ ਤੁਸੀਂ ਫੋਨ ਕਾਲਾਂ ਕਰਨੀਆਂ ਜਾਂ ਤੁਸੀਂ ਬਿੱ ਚੰਨਦਨ ਹਫਤੇ ਜਮਾ ਇਹਨੇ ਬੱਜ ਜੁੜਾ ਕਰ ਮੇਰੇ ਕੋਲ ਨੂੰ ਫੋਨ ਲਾਉਣ ਨੂੰ ਮੈਂ ਲਾਉਂਗਾ ਹੈਨਾ ਜੇ ਤੁਸੀਂ ਕੰਮ ਦੇ ਬੈਚ ਬਣਾ ਲੋਗੇ ਆ ਉਹ ਕੰਮ ਫਟਾਫਟ ਮੁੱਕੂਗਾ ਕਿਉਂਕਿ ਫਿਰ ਤੁਸੀਂ ਇੱਕੋ ਸਿਚੁਏਸ਼ਨ ਦੇ ਵਿੱਚ ਉਹ ਉੱਥੇ ਬਹਿ ਕੇ ਉਹੀ ਕੰਮ ਹੋ ਰਿਹਾ ਹੋਰ ਕੁਝ ਨਹੀਂ ਕਰ ਰਹੇ ਤੁਸੀਂ ਤਾਂ ਇਸ ਤਰੀਕੇ ਨਾਲ ਟਰਾਈ ਕਰੋਗੇ ਤੁਸੀਂ ਦੇਖੋ ਕਿੰਨਾ ਜ਼ਿਆਦਾ ਫਰਕ ਉਹਦੇ ਵਿੱਚ ਵੀ ਹੋਣਾ ਤੁਹਾਨੂੰ ਦੋ ਟਾਸਕ ਨਾ ਕਦੇ ਵੀ ਬੈਕ ਟੂ ਬੈਕ ਨਾ ਰੱਖੋ ਵੀ 9 ਤੋਂ 10 ਇੱਕ ਮੀਟਿੰਗ ਦਾ 10 ਤੋਂ 11 ਦੂਜੀ 11 ਤੋਂ 12 ਤੀਜੀ ਉਹਦੇ ਵਿੱਚ 10 10 15 15 ਮਿੰਟ ਦਾ ਵਿਥ ਰੱਖੋ ਕਿਉਂਕਿ ਬ੍ਰੇਕ ਹੈ ਜਿਹੜੀ ਨਾ ਉਹ ਤੁਹਾਨੂੰ ਕਮੰਡੋ ਰ ਮੀਟਿੰਗ ਓਵਰ ਚਲ ਗਈ ਤਾਂ ਤੁਹਾਨੂੰ ਇਹ ਨਹੀਂ ਵੀ ਹਾਂ ਹਾਂ ਅਗਲੀ ਚਲਟ ਹੋ ਗਿਆ ਫਿਰ ਇਹ ਨਹੀਂ ਹੋਊਗਾ ਤਾਂ ਉਹ ਸਾਰੇ ਮੱਖੋਂ ਵਧੀਆ ਤਾਂ ਜ਼ਰੂਰ ਤੁਸੀਂ ਬਫਰ ਥੋੜਾ ਜਿਆ ਰੱਖ ਕੇ ਚੱਲੋ ਕਿਸੇ ਵੀ ਕੰਮ ਦੇ ਵਿੱਚ ਜਿਹੜਾ ਕੰਮ ਨੂੰ ਲੱਗਦਾ 20 ਮਿੰਟ ਲੱਗਣਗੇ 5 ਮਿੰਟ extra ਰੱਖ ਕੇ ਚੱਲੋ ਉਹਦੇ ਨਾਲ ਪ੍ਰੈਸ਼ਰ ਵੀ ਕੱਟ ਹੋਊਗਾ ਪ੍ਰੋਡਕਟਿਵਿਟੀ ਵਧੂਗੀ ਸਟ्रेस ਘਟੂਗੀ ਤੇ ਕੰਮ ਵੀ ਸੌਖਾ ਹੋ ਜਾਊਗਾ ਠੀਕ ਹੈ ਜੀ ਜੇ ਮੈਂ फटाफट ਤੁਹਾਨੂੰ ਇਹਨੇ ਪੁਆਇੰਟ ਦੱਸੇ ਨੇ ਮੈਨੂੰ ਉਮੀਦ ਹੈ ਇਹ ਤੁਹਾਡੇ ਕੰਮ ਆਉਣਗੇ ਤੇ ਇਹ ਉਹ ਚੀਜ਼ਾਂ ਜਿਹੜੀਆਂ ਮੈਂ ਆਪ ਵਰਤਦਾ ਤਾਂ ਬਸ ਤੁਸੀਂ ਹੈਲਪ ਕਰੀ ਚੱਲੋ ਚੈਨਲ ਨੂੰ ਚਲਾਉਣ ਚ ਮੈਂ ਵੀ ਲੱਗਿਆ ਹੋਇਆ ਹ ਤੇ ਸਬਸਕ੍ਰਾਈਬ ਕਰ ਲਿਆ ਕਰੋ ਤੇ ਮੈਨੂੰ ਹੁਣੇ ਧਿਆਨ ਚ ਆਇਆ ਵੀ ਮੈਂ ਤੁਹਾਨੂੰ ਹੀ ਨਹੀਂ ਕਹਾਂ ਵੀ ਬਾਟਣ ਦਾ ਦਬ ਬਲੋ ਜਿੱਦੋਂ ਨੋਟੀਫਿਕੇਸ਼ਨ ਆਉਂਦੀ ਆ ਤਿੰਨ ਵੀਡੀਓ ਆਪਾਂ ਵੱਡੀਆਂ ਪਾਉਨੇ ਆ ਵੀਕ ਦੇ ਵਿੱਚ ਤੁਹਾਨੂੰ ਤਿੰਨੇ ਲਿਖ ਜਾ ਕਰਾਂਗੇ ਫਿਰ ਚਲੋ ਜੀ ਮਿਲਦੇ ਆਪਾਂ ਤੁਹਾਨੂੰ ਅਗਲੀ ਵੀਡੀਓ ਨਾਲ ਪਉਛੇ ਤੇ